एजुकेशन डिपार्टमेंट की हर एक अपडेट को जानने लिए साडा चैनल मास्टर कैडर यूनियन को सबसक्राइब करो तो बैल आइकन दबा दो ताकि आने वाली हर अपडेट जी है तुहाडे तक सब तो पहला। सत श्री अकाल बेरोजगार साथियों, मैं अमनदीप सेखा। अज अपनी जथेबंदी वालों असी अज चंडीगढ़ आए हुए सीगे। अपनिया जथेबंदी दे जिहड़ियां भी मंगां ने उन्हां प्रति अज एजुकेशन डिपार्टमेंट अपनी मीटिंग सीगी। जिहड़े एजुकेशन सैकटरी ने मैडम सीमा जैन जी, उन्हां नाल बकायदा अपनी मीटिंग हुई है। मीटिंग विच अपनी 55 जिहड़ी मास्टर कैडर लई 55% दी शर्त है, लैक्चरर भर्ती लई जिहड़ी टीचिंग विशा SST नूं कंसीडर करवाउण वाली मंग है जां नवीं भर्ती दी मंग है, ਇਹ ਤਿੰਨੋਂ ਚਾਰੋਂ ਮੰਗਾਂ 'ਤੇ ਬੜੇ ਲੰਬੀ ਚੌੜੀ ਗੱਲਬਾਤ ਹੋਈ ਹੈ। 55% ਨੂੰ ਰੱਦ ਕਰਵਾਉਣ ਲਈ ਔਰ SST ਟੀਚਿੰਗ ਸਬਜੈਕਟ ਨੂੰ ਕੰਸੀਡਰ ਕਰਵਾਉਣ ਦੇ ਬਾਰੇ ਕਾਫੀ ਲੰਬੀ ਚੌੜੀ ਜਿਹੜੀ ਦਲੀਲ ਅਸੀਂ ਉਹਨਾਂ ਕੋਲ ਪੇਸ਼ ਕੀਤੀ। ਪੁਰਾਣੀਆਂ ਭਰਤੀਆਂ ਦੇ ਜਿਹੜੇ ਵੀ ਅੰਕੜੇ ਸੀ ਆਪਣੇ ਕੋਲ, ਉਹਨਾਂ ਦੇ ਆਧਾਰ 'ਤੇ ਅਸੀਂ ਉਹਨਾਂ ਨੂੰ ਕਨਵਿੰਸ ਕਰਵਾਇਆ ਔਰ ਉਮੀਦ ਹੈ ਉਹਨਾਂ ਨੇ ਸਾਨੂੰ ਇਹ ਵੀ ਭਰੋਸਾ ਦਿੱਤਾ ਕਿ ਕੱਲ੍ਹ ਤੱਕ ਅਸੀਂ ਆਪਣੇ ਕੋਈ ਡਿਪਾਰਟਮੈਂਟ ਦੀ ਜਿਹੜੀ ਹੈ ਮੀਟਿੰਗ ਬੁਲਾ ਕੇ ਉਹਦੇ ਵਿੱਚ ਇਹਨਾਂ ਮੰਗਾਂ ਮਸਲਿਆਂ 'ਤੇ ਉਹ ਡਿਪਾਰਟਮੈਂਟ ਨਾਲ ਗੱਲਬਾਤ ਕਰਨਗੇ ਔਰ ਉਮੀਦ ਹੈ ਕਿ ਆਪਣਾ ਜਿਹੜਾ ਇਹ ਦੋਨੇ ਮੰਗਾਂ ਦਾ ਹੱਲ ਹੈ ਜਲਦੀ ਹੋਣ ਦੀ ਸੰਭਾਵਨਾ। ਔਰ ਤੀਸਰੀ ਗੱਲ ਇਹ ਸੀ ਕਿ ਆਪਾਂ ਵੱਡੀ ਇੱਕ ਭਰਤੀ ਦੀ ਮੰਗ ਕਰ ਰਹੇ ਹਾਂ ਇਹਦੀ, ਅਤੇ ਉਹਦੇ 'ਤੇ ਵੀ ਉਹਨਾਂ ਨੇ ਇਹੀ ਆਪਾਂ ਨੂੰ ਆਸ਼ਾ ਜਤਾਈ ਹੈ ਕਿ ਜਲਦੀ ਜਿਹੜੇ ਦੋਨੇ ਮੰਗਾਂ ਮਸਲਿਆਂ ਦਾ ਤੁਹਾਡਾ ਹੱਲ ਕਰਕੇ ਅਸੀਂ ਜਲਦੀ ਨਵੀਂ ਭਰਤੀ ਦੇਵਾਂਗੇ। ਜਿੱਥੇ ਯੂਨੀਅਨ ਜਥੇਬੰਦੀ ਆਪਣੇ ਸੰਘਰਸ਼ 'ਤੇ ਟੇਕ ਲਾ ਕੇ ਬੈਠੀ ਹੈ, ਉੱਥੇ ਅਸੀਂ ਜਿਹੜਾ ਹੈ ਗੱਲਬਾਤ ਨੂੰ ਅਧਿਕਾਰੀਆਂ ਤੱਕ ਪਹੁੰਚਾ ਕੇ ਮੀਟਿੰਗਾਂ ਕਰਕੇ ਇਸ ਤਰ੍ਹਾਂ ਵੀ ਇਹਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਤਾਂ ਉਮੀਦ ਹੈ ਕਿ ਬਹੁਤ ਜਲਦੀ ਆਪਾਂ ਇਸ ਵਿੱਚ ਸਫਲ ਹੋਵਾਂਗੇ। ਪਰ ਸਾਥੀਆਂ ਨੂੰ ਅਪੀਲ ਵੀ ਹੈ ਕਿ ਸੰਘਰਸ਼ ਤੋਂ ਵੀ ਪਿੱਛੇ ਨਹੀਂ ਹਟਣਾ। ਆਉਣ ਵਾਲੇ ਸਮੇਂ 'ਚ ਜਿਸ ਤਰ੍ਹਾਂ ਦੀ ਕਾਲ ਵੀ ਆਪਾਂ ਨੂੰ ਜਥੇਬੰਦੀ ਦਿੰਦੀ ਹੈ ਤਾਂ ਉਹਦੇ ਵਿੱਚ ਵੱਡੀ ਗਿਣਤੀ ਵਿੱਚ ਹੋਵਾਂ ਕੇ ਤੁਸੀਂ ਪਹੁੰਚਣਾ। ਸਾਥੀਓ ਜੁੜੇ ਰਹੋ, ਉਮੀਦ ਹੈ ਕਿ ਅਸੀਂ ਬਹੁਤ ਜਲਦੀ ਜਿਹੜੀ 55% ਰੱਦ ਕਰਵਾ ਕੇ ਔਰ ਲੈਕਚਰਾਂ ਦੀ ਭਰਤੀ ਜਿਹੜੀ ਟੀਚਿੰਗ ਵਿਸ਼ਾ SST ਨੂੰ ਕੰਸੀਡਰ ਕਰਵਾ ਕੇ ਬਹੁਤ ਵੱਡੀ ਭਰਤੀ ਮਾਸਟਰ ਕੈਡਰ ਦੀ ਵੀ ਲਵਾਂਗੇ ਔਰ ਇਹ ਭਰਤੀ ਵੀ ਜਲਦੀ ਪੂਰ ਚੜਵਾਵਾਂਗੇ। ਧੰਨਵਾਦ ਜੀ।